ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪਿੱਛੇ ਜੇ ਆਪਾਂ ਨੇ ਪੀਪੇ ਵਾਲੇ ਬਿਸਕਿਟ ਬਣਾਏ ਸੀਗੇ ਤੇ ਅੱਜ ਆਪਾਂ ਨੇ ਟੂਟੀ ਫਰੂਟੀ ਵਾਲੇ ਜਿਹੜੀਆਂ ਕੁਕੀਜ਼ ਹੁੰਦੀਆਂ ਨੇ ਉਹ ਬਣਾਉਣੀਆਂ ਨੇ ਤੇ ਟੂਟੀ ਫਰੂਟੀ ਵਾਲੀਆਂ ਕੁਕੀਜ਼ ਮੈਨੂੰ ਬਹੁਤ ਸਵਾਦ ਲੱਗਦੀਆਂ ਨੇ ਤੇ ਸੋਚਿਆ ਵੀ ਅੱਜ ਬਣਾਉਣੇ ਆਗੇ। ਤਾਂ ਹੁਣ ਆਪਾਂ ਸਮਾਨ ਕੱਢ ਕੇ ਰੱਖਿਆ ਹੋਇਆ ਤਾਂ ਵੀਡੀਓ ਸ਼ੁਰੂ ਕਰਦੇ ਹਾਂ। ਕੁਕੀਜ਼ ਬਣਾਉਣ ਲਈ ਆਪਾਂ ਨੇ 1 ਕੱਪ ਲਿਆ ਹੈਗਾ ਮੈਦੇ ਦਾ ਤੇ ਆਹ ਅੱਧਾ ਕੱਪ ਲਿਆ ਹੈਗਾ ਚੀਨੀ ਦਾ ਗ੍ਰਾਈਂਡ ਕਰਕੇ ਸ਼ੂਗਰ ਲਈ ਆ ਤੇ 1/3 ਕੱਪ ਆ ਜਿਹੜਾ ਉਹ ਆਪਾਂ ਨੇ ਬਟਰ ਦਾ ਲਿਆ ਵਾ ਤੇ ਆਹ ਦੁੱਧ ਆਪਾਂ ਨੇ ਗਰਮ ਕਰ ਲਿਆ ਸੀਗਾ ਰੂਮ ਟੈਂਪਰੇਚਰ ਤੇ ਚਾਹੀਦਾ ਗਾ। ਆਪਾਂ ਨੇ ਇਹਨੂੰ ਥੋੜ੍ਹਾ ਜਿਹਾ ਮਾਈਕਰੋ ਕਰ ਲਿਆ ਸੀਗਾ, ਠੰਡਾ ਦੁੱਧ ਸੀ ਤੇ ਇਹਦੇ 'ਚ ਪਹਿਲਾਂ ਘਿਓ ਨੂੰ ਬਟਰ ਨੂੰ ਮਾਈਕਰੋ ਕੀਤਾ ਸੀ ਤਾਂ ਕਰਕੇ ਚ ਘਿਓ ਤੈਰ ਰਿਹਾ ਉੱਪਰ। ਤੇ ਉਸ ਤੋਂ ਇਲਾਵਾ ਆਪਾਂ ਨੇ ਆ ਚੈਰੀ ਲਈ ਆ ਜਿਹੜੀ ਘਰੇ ਬਣਾਈ ਸੀ ਟੂਟੀ ਫਰੂਟੀ, ਇਹਨੂੰ ਆਪਾਂ ਨੇ ਸੁਕਾ ਲਿਆ ਸੀਗਾ ਤੇ ਫਿਰ ਵਧੀਆ ਹੋ ਗਈ। ਪਹਿਲਾਂ ਇਹਦਾ ਫਲੇਵਰ ਥੋੜ੍ਹਾ ਅਜੀਬ ਸੀ, ਸੁਕਾਉਣ ਤੋਂ ਬਾਅਦ ਨਾਰਮਲ ਹੋ ਗਈ ਆ। ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਸਟਰਡ ਪਾਊਡਰ ਤੇ ਬੇਕਿੰਗ ਪਾਊਡਰ ਤੇ ਵਨੀਲਾ ਐਸੈਂਸ। ਸਭ ਤੋਂ ਪਹਿਲਾਂ ਆਪਾਂ ਐਡ ਕਰਦੇ ਹਾਂ ਬਟਰ। ਪਹਿਲਾਂ ਇਹਦੀਆਂ ਗੱਠਾਂ ਜੀ ਭੰਨ ਲੈਂਦੇ ਹਾਂ ਬਟਰ ਦੀਆਂ। ਤੁਸੀਂ ਇਹਨੂੰ ਮਿਕਸ ਜਿਹੜਾ ਆਪਣੇ ਕੋਲ ਵਿਪਿੰਗ ਕਰੀਮ ਬਣਾਉਣ ਵਾਲਾ ਬਲੈਂਡਰ 'ਚ ਹੁੰਦਾ ਉਹਦੇ ਨਾਲ ਵੀ ਮਿਕਸ ਕਰ ਸਕਦੇ ਹੋ। ਜੇ ਰੂਮ ਟੈਂਪਰੇਚਰ 'ਤੇ ਹੁੰਦਾ ਫਿਰ ਇਹ ਵਧੀਆ ਐਵੇਂ ਮੈਲਟ ਹੋ ਜਾਂਦਾ, ਨਹੀਂ ਤਾਂ ਔਖਾ ਕਰਦਾ। ਹੁਣ ਆਪਾਂ ਇਹ 'ਚ ਐਡ ਕਰਦੇ ਹਾਂ ਚੀਨੀ। ਹੁਣ ਆਪਾਂ ਚੀਨੀ 'ਚ ਮਿਕਸ ਕਰਦੇ ਹਾਂ ਪਹਿਲਾਂ। ਚੀਨੀ ਅਤੇ ਬਟਰ ਆਪਣਾ ਮਿਕਸ ਹੋ ਗਿਆ ਅਤੇ ਆਪਾਂ ਹੁਣ ਮੈਦਾ ਲੈਂਦੇ ਹਾਂ, ਮੈਦਾ ਛਾਣ ਕੇ ਲੈਣਾ। ਹੁਣ ਆਪਾਂ ਮੈਜ਼ਰਮੈਂਟ ਵਾਲੇ ਸਾਰੇ ਜਿਹੜੇ ਭਾਂਡੇ ਆ ਉਹ ਲੈ ਕੇ ਆਉਂਦੇ ਆ, ਕਿਉਂਕਿ ਤੁਸੀਂ ਸਾਰੇ ਆਨੇ ਕਹਿੰਦੇ ਰਹਿੰਦੇ ਸੀਗੇ ਵੀ ਨਾਪ ਵੀ ਦੱਸੋ। ਆਹ ਮੈਂ ਰਿੱਕੀ ਦੇ ਚਮਚੇ ਲੈ ਕੇ ਆਈ ਸੀ, ਇਹ ਮੈਂ ਆਪ ਖਰੀਦ ਕੇ ਲੈ ਕੇ ਆਈ ਹਾਂ। 1 ਟੀਸਪੂਨ ਆਪਾਂ ਨੇ ਲਿਆ ਵਾ ਬੇਕਿੰਗ ਪਾਊਡਰ, ਥੋੜ੍ਹਾ ਬਹੁਤ ਮੈਂ ਗਲਤ ਬੋਲਤਾ ਤਾਂ ਮੈਨੂੰ ਮਾਫ਼ ਕਰਿਓ। ਇਹ ਆਪਾਂ ਛਾਣ ਕੇ ਲੈਣਾ ਕਿਉਂਕਿ ਇਹਦੀਆਂ ਜ਼ਿਆਦਾ ਗੱਠਾਂ ਜੀਆਂ ਬਣ ਜਾਂਦੀਆਂ ਨੇ। ਅਤੇ ਇਸ ਤੋਂ ਇਲਾਵਾ ਆਪਾਂ ਲਵਾਂਗੇ 2 ਟੇਬਲ ਸਪੂਨ ਕਸਟਰਡ ਪਾਊਡਰ, ਇਹ ਵੀ ਆਪਾਂ ਨੇ ਛਾਣ ਕੇ ਲੈਣਾ ਵਾ। ਅਤੇ 1/2 ਟੇਬਲ ਸਪੂਨ ਆਪਾਂ ਨੇ ਲੈਣਾ, ਟੀਸਪੂਨ ਸੋਰੀ, ਵਨੀਲਾ ਐਸੈਂਸ। ਅਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਂਦੇ ਹਾਂ ਅਤੇ ਬਾਅਦ ਵਿੱਚ ਆਪਾਂ ਲੋੜ ਦੇ ਅਨੁਸਾਰ ਇਹ 'ਚ ਦੁੱਧ ਐਡ ਕਰਦੇ ਹਾਂ। ਅਤੇ ਹੁਣ ਆਪਾਂ ਇਹ 'ਚ ਐਡ ਕਰਦੇ ਹਾਂ ਟੂਟੀ ਫਰੂਟੀ। ਹੁਣ ਆਪਾਂ ਇਹਦੇ 'ਚ ਦੁੱਧ ਐਡ ਕਰਦੇ ਹਾਂ, ਲੋੜ ਅਨੁਸਾਰ ਦੁੱਧ ਪਾਵਾਂਗੇ। ਅਤੇ ਆਟਾ ਗੁੰਨ ਕੇ ਆਪਾਂ ਨੇ ਤਿਆਰ ਕਰ ਲਿਆ ਅਤੇ 1/2 ਚਮਚ ਆਪਣਾ ਦੁੱਧ ਲੱਗਿਆ ਸੀ। ਹੁਣ ਆਪਾਂ ਨੇ ਥੱਲੇ ਪਲਾਸਟਿਕ ਦਾ ਕੋਈ ਲਿਫਾਫਾ ਕੁਛ ਵੀ ਆਪਾਂ ਨੇ ਰੱਖ ਲੈਣਾ ਵਾ ਕੱਟ ਕੇ ਅਤੇ ਆਪਾਂ ਆਪਣਾ ਆਟਾ ਇਹਦੇ 'ਚ ਟ੍ਰਾਂਸਫਰ ਕਰਦੇ ਹਾਂ ਅਤੇ ਇਹਨੂੰ ਆਪਾਂ ਇਹਦੇ ਵਿੱਚ ਸ਼ੇਪ ਵੀ ਦੇ ਦੇਣੀ ਆ, ਸੈੱਟ ਵੀ ਕਰ ਲੈਣਾ ਵਾ ਬਰਾਬਰ ਜੇ ਥੋੜ੍ਹਾ ਥੋੜ੍ਹਾ, ਅਤੇ ਇਹਨੂੰ ਗੋਲ ਗੋਲ ਘੁਮਾ ਲੈਣਾ, ਕਾਫੀ ਉਹਨੂੰ ਰੈਪ ਕਰ ਦੇਣਾ, ਜਿੱਦਾਂ ਦੀ ਸ਼ੇਪ ਦੇਣੀ ਆ ਉੱਦਾਂ ਜੇ ਸੈੱਟ ਕਰ ਲਿਓ। ਕੋਈ ਉਹ ਨਹੀਂ ਹੈਗਾ, ਕੋਈ ਇਹਦਾ ਇਸ਼ੂ ਨਹੀਂ ਹੈਗਾ, ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਸੈੱਟ ਕਰਕੇ ਇਹਨੂੰ ਹੁਣ ਫਰਿੱਜ 'ਚ ਰੱਖਣਾ ਆਪਾਂ ਨੇ। ਫਰਿੱਜ 'ਚੋਂ ਜੀ ਥੋੜ੍ਹੀ ਦੇਰ ਰੱਖ ਕੇ ਇਹਨੂੰ ਕੱਢ ਲਿਆ, ਕਿਉਂਕਿ ਜਿਹੜਾ ਬਟਰ ਬੁਟਰ ਹੁੰਦਾ ਉਹ ਜੰਮ ਜਾਂਦਾ, ਉਹ ਜੰਮਣ ਵਾਲੀ ਸਟੇਟ ਦੇ ਵਿੱਚ ਆ ਜਾਂਦਾ ਅਤੇ ਕੱਟਣੀਆਂ ਸੌਖੀਆਂ ਆ ਜਾਂਦੀਆਂ। ਥੋੜ੍ਹਾ ਜਿਹਾ ਦੁੱਧ ਸਾਡੇ ਤੋਂ ਵੱਧ ਪੈ ਗਿਆ ਸੀਗਾ, ਨਹੀਂ ਤਾਂ ਥੋੜ੍ਹਾ ਜਿਹਾ ਦੁੱਧ ਘੱਟ ਰੱਖੋਗੇ ਫਿਰ ਤੁਸੀਂ ਕੱਟਣਾ ਹੀ ਕੱਟਣਾ, ਮੈਨੂੰ ਐਵੇਂ ਪੇਪਰ ਨਾਲ ਕੱਟਿਆ ਜਾਵੇ ਨਾਲ। ਥਿਕਨੈਸ ਹੁਣ ਤੁਸੀਂ ਆਪਣੀ ਹਿਸਾਬ ਨਾਲ ਰੱਖ ਲਿਓ, ਮੋਟੀ ਪਤਲੀ ਜਿੰਨੀ ਕੁ ਰੱਖਣੀ ਹੋਈ ਆਪਾਂ ਇੰਨੀ ਕੁ ਰੱਖਦੇ ਹਾਂ 1/2 ਇੰਚ ਦੇ ਤੇ ਬਸ ਇਹਨਾਂ ਨੂੰ ਸਾਰਿਆਂ ਨੂੰ ਕੱਟ ਕੱਟ ਕੇ ਇੱਧਰ ਬੇਕਿੰਗ ਸ਼ੀਟ ਦੇ ਵਿੱਚ ਟਕਾਈ ਜਾਣਾ। ਪਹਿਲੇ ਵਾਲਾ ਪੀਸ ਆ, ਕੋਈ ਬੰਦਾ ਐਂਡ 'ਤੇ ਹੀ ਖਾਂਦਾ ਹੁੰਦਾ, ਪਹਿਲਾਂ ਤਾਂ ਦੂਜੇ ਹੀ ਖਾਂਦਾ ਹੁੰਦਾ। ਬਸ ਆਪਾਂ ਸਾਰੀਆਂ ਇੰਨੇ ਇੰਨੇ ਕੱਟੀ ਜਾ ਰਹੇ ਹਾਂ, ਟੂਟੀ ਫਰੂਟੀ ਕਰਕੇ ਥੋੜ੍ਹਾ ਔਖਾ ਵੀ ਹੋਊਗਾ ਇਹ ਤਾਂ। ਹਲੇ ਵੀ ਆਪਾਂ ਇਹਨੂੰ ਸ਼ੇਪ ਚੇਂਜ ਕਰ ਸਕਦੇ ਹਾਂ, ਸ਼ੇਪ ਤਾਂ ਤੁਸੀਂ ਬਾਅਦ 'ਚੋਂ ਵੀ ਦੇ ਸਕਦੇ ਹੋ, ਕਈ ਵਾਰ ਟੁੱਟੀ ਉੱਟਿਆ ਸਹੀ ਕੱਟਿਆ ਗਿਆ ਜਿਵੇਂ। ਬਸ ਐਵੇਂ ਕਰਕੇ ਆਪਾਂ ਸਾਰੇ ਕੱਟ ਲੈਣੇ ਆ। ਕੱਟ ਕੇ ਜੀ ਆਪਾਂ ਰੱਖ ਲਏ, ਬਸ 1 ਪੰਗਾ ਪੈ ਗਿਆ ਵੀ ਸਾਡੇ 3 ਸਲਾਈਸਾਂ ਹੀ ਰਹਿ ਗਈਆਂ ਜਿਹੜੀਆਂ ਇਹਦੇ ਵਿੱਚ ਆਈਆਂ ਨਹੀਂ ਹੈਗੀਆਂ। ਆਪਾਂ ਆਹ ਸ਼ੇਪ ਬਣਾਈ ਆ, ਤੁਸੀਂ ਚੌਰਸ ਵੀ ਕਰ ਸਕਦੇ ਹੋ, ਤੁਸੀਂ ਜਿੱਦਾਂ ਮਰਜ਼ੀ ਕਰ ਲਿਓ, ਤੁਹਾਡੀ ਇੱਛਾ, ਪਰ ਦੇਖਣ ਨੂੰ ਸੋਹਣੇ ਲੱਗਦੇ। ਟੂਟੀ ਫਰੂਟੀ ਜ਼ਿਆਦਾ ਪਾਏਂਗੇ ਉਹ ਉਨੀ ਜ਼ਿਆਦਾ ਸਵਾਦ ਲੱਗਣਗੇ ਅਤੇ ਬਸ ਹੁਣ ਆਪਾਂ ਇਹਨਾਂ ਨੂੰ ਬੇਕ ਕਰਨ ਲਈ ਰੱਖ ਦੇਣਾ ਵਾ। ਸੇਮ 350 ਡਿਗਰੀ 'ਤੇ ਲਾਇਆ ਹੋਇਆ ਵਾ, ਪ੍ਰੀ ਹੀਟ ਕੀਤਾ ਹੋਇਆ ਅਤੇ ਹੁਣ ਇਹਨਾਂ ਨੇ ਕੁੱਕ ਹੋ ਜਾਣਾ। ਇਹਨਾਂ ਨੂੰ ਆਪਾਂ ਫਿਰ ਕਿਸੇ ਹੋਰ ਟ੍ਰੇ ਦੇ ਵਿੱਚ ਪਾ ਕੇ ਰੱਖ ਲੈਂਦੇ ਹਾਂ। ਬਸ ਹੀ ਆਪਾਂ ਥੋੜ੍ਹੇ ਜਿਹਾ ਟ੍ਰੇ 'ਚ ਰੱਖ ਲਏ, ਥੋੜ੍ਹੀ ਜਿਹੀ
ਇਹਨੂੰ ਵੀ ਨਾਲ ਹੀ ਰੱਖ ਦਿੰਦੇ ਹਾਂ। ਵੱਡੀ ਟਰੇ 'ਚ ਘੱਟ ਪਏ ਹੋਏ ਨੇ, ਛੋਟੀ ਟਰੇ 'ਚ ਵੱਧ ਪਏ ਹੋਏ ਨੇ। ਨਹੀਂ ਉਹ ਵੱਡੀ ਆ ਜੀ, ਹੋਰ ਬੱਸ 'ਚ ਡੂੰਘਾਈ 'ਚ ਉਹ ਵੱਡੀ ਆ, ਚੜਾਈ 'ਚ ਤਾਂ ਉਹੀ ਜ਼ਿਆਦਾ ਸੀ। ਹੁਣ ਜੀ ਇੱਕ ਹੋਰ ਆਈਡੀਆ ਆਇਆ ਵੀ ਪੀਨਟ ਇਹ ਮੈਂ ਹੀ ਖਾਊਂਗਾ, ਮੈਨੂੰ ਬੜਾ ਜ਼ਿਆਦਾ ਪੱਕਾ ਪਤਾ ਵਾ, ਕਿਉਂਕਿ ਮੈਂ ਕਿ ਪਸੰਦ ਨਹੀਂ ਕਰਦੀ, ਜਿੰਨਾ ਖਾਧਾ ਹੁਣ ਤੱਕ ਮੈਂ ਹੀ ਖਾਧਾ, ਵੀ ਇਹਦੀਆਂ ਵੀ ਕੁੱਕੀਆਂ ਜਿਹੀਆਂ ਬਣਾ ਲਈਏ, ਕਿਉਂਕਿ ਇਹ ਥੋੜ੍ਹੀਆਂ ਜਿਹੀਆਂ ਦੂਜਿਆਂ ਨਾਲੋਂ ਹੈਲਦੀ ਕੁੱਕੀਜ਼ ਹੋ ਜਾਣਗੀਆਂ, ਕਿਉਂਕਿ ਆਪਾਂ ਇਹ ਹੈਲਦੀ ਚੀਜ਼ਾਂ ਨਾਲ ਹੀ ਬਣਾ ਲਵਾਂਗੇ। ਉਹ ਇਹ ਰਿਹਾ ਆਪਣਾ ਪੀਨਟ ਬਟਰ, ਇਹ ਵੈਸੇ ਮੇਰੇ ਘਰ 'ਚ ਪਤਾ ਨਹੀਂ ਹੋਰ ਪਾਉਣਾ ਰੂਮ ਟੈਂਪਰੇਚਰ 'ਤੇ ਹੁੰਦਾ ਵਧੀਆ ਹੋਣਾ ਸੀ, ਪਰ ਅਸੀਂ ਫਰਿੱਜ 'ਚ ਕੱਢ ਕੇ ਪਹਿਲਾਂ ਰੱਖਤਾ ਸੀ ਥੋੜ੍ਹੀ ਦੇਰ ਪਹਿਲਾਂ। ਨਹੀਂ ਹੁਣ ਤਾਂ ਸਹੀ ਹੋ ਗਿਆ, ਹੋ ਗਿਆ ਫਰਕ ਪੈ ਗਿਆ। ਹਾਂਜੀ ਕਾਫੀ ਟਾਈਮ ਹੋ ਗਿਆ, ਭਾਂਡਾ ਸੀ ਉਹੀ ਵਰਤ ਰਹਿਣ ਵਾਲਾ, ਐਂ ਨਾ ਕਿ ਉਹ ਵੀ ਕਿਤੇ ਗੰਦਾ ਸੀਗਾ ਜਾਂ ਉਹ ਸੀਗਾ, ਇਹਦੇ ਵਿੱਚ ਕੁੱਕੀਆਂ ਹੀ ਬਣੀਆਂ ਨੇ ਪਹਿਲਾਂ। ਬੇਕਰੀ ਵਾਲੇ ਵੀ ਉਸੇ 'ਚ ਹੀ ਬਣਾ ਕੇ ਦਿੰਦੇ ਨੇ, ਉਹਦਾ ਪਤਾ ਨਹੀਂ ਕੀ ਚੀਜ਼ ਕੀ ਕਰ ਦਿੰਦੇ ਨੇ, ਬਿਹਾਈਂਡ ਦਾ ਸੀਨਸ ਬਹੁਤ ਕੁਛ ਹੋ ਜਾਂਦਾ ਬੇਕਰੀਆਂ 'ਚ। ਇੱਧਰ ਹੀ ਆਪਣੇ ਆ ਕੁਇਕ ਓਟਸ ਨੇ, ਇਹ ਬਹੁਤ ਜਿਹੜੇ ਛੇਤੀ ਬਣੇ ਜਾਂਦੇ ਹੁੰਦੇ ਨੇ ਵਾਲੇ ਨੇ, ਰੋਲਡ ਓਟਸ ਇਹ ਪਾ ਲੈਣੇ ਆ ਵਿੱਚ। ਇਹ ਮਤਲਬ ਕਿ ਬਾਹਲੀਆਂ ਉਹ ਸਿੰਪਲ ਜਿਹੀਆਂ ਬਣਾਉਣੀਆਂ ਨੇ, ਜਿਹੜੀਆਂ ਚੀਜ਼ਾਂ ਪਈਆਂ ਨੇ ਉਹਨਾਂ ਨੇ ਬਸ ਮਿਕਸ ਜਿਹਾ ਕਰਕੇ ਆਪਾਂ ਨੇ। ਵੈਸੇ ਮਿੱਠਾ ਪਾ ਸਕਦੇ ਹੋ ਤੁਸੀਂ ਮਿੱਠਾ, ਮੈਂ ਤਾਂ ਸੋਚਦਾ ਮੈਂ ਵੀ ਖੰਡ ਦੀ ਥਾਂ 'ਤੇ ਜੇ ਮੇਪਲ ਸਿਰਪ ਪਾ ਦਿਆਂ ਤਾਂ ਵਧੀਆ, ਦੇਖਦਾ ਫਲੇਵਰ ਕੀ ਬਣੂਗਾ ਚੀਜ਼ਾਂ ਦਾ। ਅਤੇ ਮੇਰਾ ਜੀ ਕਰਦਾ ਮੈਂ ਇਹਦੇ ਵਿੱਚ ਦਾਖਾਂ ਵੀ ਪਾ ਲਵਾਂ, ਅਤੇ ਫਿਰ ਮੈਂ ਸੋਚਦਾ ਦਾਖਾਂ ਵੀ ਪਾ ਦਿੰਦੇ ਹਾਂ। ਦਾਖਾਂ ਫਿਰ ਕੱਟ ਕੇ ਪਾਈਆਂ ਜਾਣਗੀਆਂ, ਕਿਉਂ ਉਹ ਫਿਰ ਐਂ ਤਾਂ ਵਧੀਆ ਨਹੀਂ। ਇੱਕ ਵਾਰ ਮੈਂ ਰੇਜ਼ਨ ਕੁੱਕੀਜ਼ ਖਾਧੀਆਂ ਸੀ, ਬਾਹਲੀਆਂ ਸਵਾਦ ਸੀਗੀਆਂ। ਅੱਛਾ ਜੀ, ਪੀਨਟ ਬਟਰ ਮਕਾਉਣਾ ਮਕਾ ਲਈਦਾ ਹੈ, ਪਹਿਲਾਂ ਬਣਾ ਕੇ ਦੇਖਦਾ ਵਾ। ਫਿਰ ਹੁਣ ਤਾਂ ਥੋੜ੍ਹਾ ਹੀ ਰਹਿ ਗਿਆ, ਅਤੇ ਫਿਰ ਅਜੀਬ ਜਿਹੀ ਰੱਖਣੀ। ਮੈਂ ਕਿਹਾ ਇਹਦੀ ਰੈਸਪੀ ਵੀ ਕਿਹੜਾ ਆਪਣੇ ਵੱਲੋਂ ਹੀ ਬਣਾ ਰਹੇ ਹਾਂ। ਸਿੰਘ ਸਾਹਿਬ ਮਿੱਠਾ ਪਾਉਣਾ ਪੈਣਾ, ਕਿਉਂਕਿ ਆ ਵੀ ਤਾਂ ਪਾਏ ਓਟਸ, ਮੇਪਲ ਸਿਰਪ ਪਾਉਣਾ ਹੈ ਉਹਨਾਂ ਦੇ ਵਿੱਚ, ਕੀ ਕਹਾਂ ਮਿੱਠੇ ਦੀ ਥਾਂ 'ਤੇ ਸਾਡਾ ਲੈ ਲਈ ਆ। ਸੋ ਅਸੀਂ ਥਿੱਕਣਾ ਸੀ ਇਹਦੇ ਹਿਸਾਬ ਜੀ ਨਾਲ ਦੇਖ ਰਹੇ ਹਾਂ ਓਟਸ ਕਿੰਨੇ ਕੁ ਪੈਣੇ ਆ, ਥੋੜ੍ਹੇ ਜਿਹੇ ਹੋਰ ਪਾ ਦੇ, ਅਤੇ ਦਾਖਾਂ ਮੈਂ ਆਹ ਵਾਲੀਆਂ ਪਾ ਲੈਣੀਆਂ ਨੇ ਜਿਹੜੀਆਂ ਡਾਰਕੀਆਂ ਦਾਖਾਂ ਹੁੰਦੀਆਂ ਨੇ, ਥੋੜ੍ਹਾ ਜਿਹਾ ਪਾ ਦੇ ਆਪਾਂ ਦੇਖੀਏ ਪਾਊਡਰ ਦਮਾ ਵੀ ਮੈਪਲ ਸਿਰਪ ਨਾਲ ਘੋਲਣਾ ਸੌਖਾ ਹੋ ਜਾਣਾ, ਖੰਡ ਚਲ ਖੰਡ ਪਾ ਲਾਂਗੇ ਅਗਲੀ ਵਾਰ, ਮੈਪਲ ਸਿਰਪ ਨੇ ਹੋਰ ਲਿਕੁਇਡ ਕਰ ਦੇਣਾ। ਆਲਰੇਡੀ ਲਿਕੁਇਡ ਆ? ਹਾਂਜੀ ਤਾਂ ਹੀ ਤਾਂ ਹੋਰ ਪਾਏ, ਮੈਨੂੰ ਤਾਂ ਲੱਗਦਾ ਵੀ ਕਿਤੇ ਜ਼ਿਆਦਾ ਹੋ ਗਿਆ। ਨਹੀਂ ਚਲੋ ਬਸ ਮਿੱਠਾ ਥੋੜ੍ਹੀ ਰੱਖੋ। ਇਹ ਜੀ ਬੜੀ ਆਪਣੀ ਸਾਦੀ ਸਿੰਪਲ ਅਤੇ ਕੁਇਕ ਕਹਿ ਲਓ ਵੀ ਰੈਸਪੀ ਆ, ਅਤੇ ਬਾਕੀ ਖਾ ਕੇ ਦੱਸਾਂਗੇ ਤੁਹਾਨੂੰ ਵੀ, ਤੁਸੀਂ ਬਣਾਇਓ ਕਿ ਰਹਿਣ ਦਿਓ ਕਿੱਦਾਂ ਦੀਆਂ ਬਣਦੀਆਂ ਕਿਹੜੀ ਸਵਾਦ ਆਊਗਾ। ਅਤੇ ਇੱਧਰ ਇੰਨੀਆਂ ਕਿ ਨੇ ਮੈਕ ਬਣਾਈ ਜਾਂਦੀ ਆ, ਇਹਦੇ ਵਿੱਚ ਤੁਸੀਂ ਜਿਹਨੂੰ ਚੀਜ਼ਾਂ ਪਾਉਣੀਆਂ ਨੇ ਪਾਉਣ ਨੂੰ ਤੁਸੀਂ ਬਹੁਤ ਜ਼ਿਆਦਾ ਚੀਜ਼ਾਂ ਪਾ ਸਕਦੇ ਹੋ ਹੈਲਦੀ ਕਰਨ, ਮੈਂ ਵੀ ਪਾਉਣੀਆਂ ਚਾਹੁੰਦਾ ਸੀ, ਪਰ ਮੈਂ ਕਿਹਾ ਪਹਿਲੀ ਵਾਰ ਬਣਾਉਣੀਆਂ ਨੇ, ਇੱਕ ਵਾਰ ਬਣਾ ਲਈਏ ਦੇਖ ਲਈਏ ਕਿੱਦਾਂ ਬਣਨੀਆਂ, ਅਗਲੀ ਵਾਰ ਫਿਰ ਹੋਰ ਇਹਨੂੰ ਵਧੀਆ ਤਰੀਕੇ ਨਾਲ ਜਿੱਦਾਂ ਬਾਰਸ ਮਿਲਦੀਆਂ ਨੇ ਹੈ ਨਾ ਹੈਲਦੀ, ਉੱਦਾਂ ਦੀ ਚੀਜ਼ ਬਣਾ ਕੇ ਵੀ ਖਾ ਸਕਦੇ ਹਾਂ ਬਹੁਤ ਹੈਲਦੀ ਕੁੱਕੀਜ਼। ਅਤੇ ਆ ਥੱਲੇ ਵਾਲੀਆਂ ਬਾਹਲੀਆਂ ਜ਼ਿਆਦਾ ਫੁੱਲ ਗਏ, ਕਿੱਡੇ ਕਿੱਡੇ ਹੋ ਗਏ ਇੱਧਰ, ਜੇ ਅਸੀਂ ਰੱਖਣੀਆਂ ਸੀਗੀਆਂ ਦੋ ਟਰੇਨ ਰੱਖਣੀਆਂ ਸੀਗੀਆਂ, ਫਿਰ ਸ਼ਾਇਦ ਅਸੀਂ ਇਹ 'ਚ ਆਹ ਤਿੰਨ ਕੱਢ ਕੇ ਇੱਧਰ ਰੱਖ ਲੈਂਦੇ, ਜਿਹੜੀ ਆ ਤਿੰਨ ਮੂਹਰੇ ਪਈਆਂ ਨੇ, ਪਰ ਸਾਨੂੰ ਐਸੀ ਵੀ ਸ਼ਾਇਦ ਸਰ ਜੇ ਇੱਕ 'ਚ ਨਹੀਂ, ਅਸੀਂ ਪੇਪਰ ਬਚਾਇਆ ਸਰ 'ਚ, ਪੇਪਰ ਵਿਛਾਉਣ ਦੀ ਵੀ ਨਹੀਂ ਗੱਲ ਹੈਗੀ, ਮੈਂ ਅਸਲ 'ਚ ਜੇ ਮੈਂ ਕੱਢਦਾ ਮੈਂ ਥੋੜ੍ਹੀਆਂ ਮੋਟੀਆਂ ਕੱਟਣੀਆਂ ਸੀਗੀਆਂ, ਮੈਂ ਪਹਿਲਾਂ ਇਹ ਤਾਂ ਕਿ ਮੈਨੂੰ ਪਤਲੀਆਂ ਕਰਦਾ ਨਾ, ਤਾਂ ਹੀ ਮੈਂ ਮੋਟੀਆਂ ਕੱਟਦਾ ਸੀ, ਮੋਟੀਆਂ ਨਹੀਂ ਕੰਮ ਤਾਂ ਕਰਦਾ ਨਾ, ਉਹ ਆਟਾ ਵੱਧ ਮੇਰੇ ਪਹਿਲੀ ਲੈਣ ਮੈਂ ਕੱਟੀ ਸੀਗੀ। ਨਹੀਂ ਮੈਂ ਹੁੰਦਾ ਇੱਕ ਇਹਦੇ 'ਚ ਕਰ ਦੇਣੀ ਸੀ, ਮੈਂ ਮੋਟੀਆਂ ਕੱਟ ਕੇ ਥੱਲੇ ਆਈ ਬਣਾਤੀ, ਆਈ ਦੇ ਉੱਤੇ ਤਿੰਨ ਬਿੰਦੀਆਂ ਬਣਾਤੀਆਂ ਜਗ੍ਹਾ ਬਚਾਉਣ ਦੇ ਲਈ, ਉਪਰਲੀਆਂ ਕੋਲ ਥੱਲੀਆਂ ਥੋੜ੍ਹੀਆਂ ਜਿਹੀਆਂ ਵੱਡੀਆਂ, ਹੁਣ ਇਹਨਾਂ ਨੂੰ ਵੀ ਸਿੱਟਦੇ ਹਾਂ ਉਹਨਾਂ ਦੇ ਵਿੱਚ ਸਿੱਟਦੇ, ਹਾਂ ਉਹ ਸਿੱਟਣੀਆਂ ਜੀ ਗਲਵਸ, ਬਸ ਇਹ ਨਹੀਂ ਪਤਾ ਵੀ ਦਾਖਾਂ ਹੁਣ ਦਾਖਾਂ ਦਾ ਕੀ ਹੋਊਗਾ, ਦਾਖਾਂ ਫਟਣਗੀਆਂ ਜਾਂ ਨਹੀਂ, ਪਟਾਕਾ ਮਾਰਨਗੀਆਂ ਕਿ ਨਹੀਂ, ਬਟ ਆਪਣੀਆਂ ਕੁੱਕੀਜ਼ ਰੈਡੀ ਹੋ ਜਾਣੀਆਂ ਨੇ ਛੇਤੀ। ਇਹ ਉੱਪਰੋਂ ਸੇਕ ਕਿਵੇਂ ਲੱਗੂਗਾ, ਨੀਚੋਂ ਤਾਂ ਪੱਕ ਰਹੀਆਂ ਨੇ, ਕੁੱਕੀਆਂ ਬਣ ਕੇ ਯਾਰ ਨੇ, ਉਹ ਵੀ ਬਣ ਗਈਆਂ, ਉਹ ਵੀ ਬਣ ਗਈਆਂ, ਉਹ ਬਾਹਲੀਆਂ ਫੁੱਲ ਗਈਆਂ, ਬਣੀਆਂ ਨਹੀਂ ਹਲੇ, ਬਣੀਆਂ ਨਹੀਂ, ਉਹ ਦੋ ਟੁੱਟ ਗਈਆਂ ਮਾੜੀਆਂ ਜੀਆਂ, ਉਹ ਪੇਪਰ ਵਧਿਆ ਹੋਇਆ ਸੀ ਉਹ ਕੱਟਣ ਲੱਗੀ ਮੈਂ ਨਾ, ਇੱਕ ਤਾਂ ਉਲਟੇ ਪਾਸੇ ਹੋ ਗਈ ਮੈਂ, ਅੱਛਾ ਪੁੱਠੀ ਹੋ ਗਈ, ਆਹ ਬਣ ਗਿਆ ਜੀ, ਘੈਂਟ ਲੱਗ ਰਹੀਆਂ ਨੇ, ਚਾਰ ਪੰਜ ਮਿੰਟ ਚ ਹੋ ਜਾਂਦੀ ਹੁੰਦੀ ਨੇ, ਦੋ ਤਿੰਨ ਮਿੰਟ ਚ ਹੋ ਜਾਂਦੀ ਹੁੰਦੀ ਨੇ, ਵੈਸੇ ਤਾਂ ਇਹਨੂੰ ਥੋੜਾ ਵੱਧ ਟਾਈਮ ਲੱਗੂਗਾ ਕਿਉਂਕਿ ਦੂਜੇ ਬਿਸਕਟ ਜਲਦੀ ਹੋ ਜਾਂਦੇ ਆ, ਥੋੜੀਆਂ ਮੋਟੀਆਂ ਵੀ ਨੇ ਨਾ ਬਿਸਕਟ, ਉਹ ਵੀ ਅਸੀਂ ਕੱਢ ਹੀ ਦੇ ਮੈਨੂੰ ਲੱਗਦਾ, ਬਣ ਤਾਂ ਨਹੀਂ ਗਈ ਹੋਣੀ,
ਹੁਣ ਵੀ ਕੱਢਦੀ ਆ ਸਾਡੇ ਕੋਲ ਇੱਥੇ ਕਾਫੀ ਖਲਾਰਾ ਪਿਆ ਹੋਇਆ ਉਹਦਾ ਰੀਜ਼ਨ ਇਹ ਆ ਕਿ ਉੱਪਰ ਕਿਚਨ ਦਾ ਕੰਮ ਚੱਲ ਰਿਹਾ ਤਾਂ ਸਾਡੀ ਇੱਕ ਕਲੋਜ਼ਟ ਚੋਂ ਪਾਣੀ ਦਾ ਕਨੈਕਸ਼ਨ ਆ ਉਹਦੇ ਕਰਕੇ ਅਸੀਂ ਸਮਾਨ ਕੱਢਿਆ ਹੋਇਆ ਵਾ ਇਹ ਪਾਣੀ ਕੀ ਆ ਉਹ ਵੀ ਕੱਢ ਲੈਣੇ ਆਗੇ ਚਾਹ ਪਰ ਰੱਖੀ ਆਂਟੀ ਜੀ ਨੇ ਪੀਣੀ ਸੀ ਉਹ ਖਾਊਗਾ ਕੌਣ ਕੌਣ ਖੁਸ਼ਬੂ ਰੇ ਪੂਰੀ ਬੇਕਰੀ ਵਾਲੀ ਬਣੀ ਹੋਈ ਆ ਪਰ ਪੀਨਟ ਦੀ ਸਮੈਲ ਬਹੁਤ ਆ ਰਹੀ ਹੈ ਵੀ ਵੀਰ ਜੀ ਨੂੰ ਗਿਫਟ ਕਰਦੇ ਹਾਂ ਉਹ ਮੈਨੂੰ ਆਇਆ ਜਾਦੇ ਨਾ ਹੋ ਜਾਣ ਕੁੱਕ ਮੈਂ ਤਾਂ ਜਾਣਾ ਕੱਢ ਦਿੰਦੀ ਆ ਮੈਨੂੰ ਲੱਗਦਾ ਮੈਂ ਕਿ ਮੈਨੂੰ ਪਤਾ ਨਹੀਂ ਬਣਾਈ ਤਾਂ ਨਹੀਂ ਕਦੇ ਕਹਿਜੀਆਂ ਲੱਗਦੀਆਂ ਨਹੀਂ ਇਹਨੇ ਕੱਚੀਆਂ ਨੇ ਰਹਿਣ ਦੇ ਫਿਰ ਵਿੱਚ ਰੱਖ ਦੇ ਦੇਖੋ ਅਜੇ ਤਾਂ ਜਮਾ ਹੀ ਹੱਥ ਨਾਲ ਲੱਗ ਰਿਹਾ ਰੱਖ ਦੇ ਫਿਰ ਰੱਖ ਦੇ ਰੱਖ ਦੇ ਇਹ ਬਾਅਦ ਚ ਵੀ ਰੱਖੀਆਂ ਨੇ ਨਾ ਇਹਨਾਂ ਤੋਂ ਤਾਂ ਆਹੋ ਕਾਫੀ ਦੇਰ ਬਾਅਦ ਰੱਖੀਆਂ ਨੇ ਆਹ ਵਾਲੀਆਂ ਤਾਂ ਟਾਈਮ ਵਾਲਾ ਤਾਂ ਮੈਂ ਐਕਸੀਡੈਂਟ ਹੀ ਹੋ ਗਿਆ ਤਾਂ ਵਿਚਾਰੀਆਂ ਦਾ ਦਾਖਾਂ ਹੀ ਫੜ ਫੜ ਕੇ ਬਾਹਰ ਨੂੰ ਨਿਕਲ ਆਈਆਂ ਦਾਖਾਂ ਤਾਂ ਲੈਚੀਆਂ ਬਣ ਗਈਆਂ ਦਾਖਾਂ ਦੇ ਜਲਣ ਦੀ ਸਮੈਲ ਆ ਰਹੀ ਹੈ ਕਦੀ ਆ ਰਹੀ ਹੈ ਦਾਖਾਂ ਦੀ ਹਾਂ ਥੋੜੀਆਂ ਜ਼ਿਆਦਾ ਕੁੱਕ ਹੋ ਗਈਆਂ ਮੈਂ ਕਿਹਾ ਸੀਗਾ ਦਾਖਾਂ ਰਹਿਣ ਦਿੰਦੇ ਆ ਪਰ ਨਹੀਂ ਪਰ ਫੇਰ ਵੀ ਠੀਕ ਆ ਤੁਸੀਂ ਹਟੇ ਨਹੀਂ ਆ ਦੇਖੋ ਸਾਰੀਆਂ ਫੱਟੜ ਹੋ ਗਈਆਂ ਵਿਚਾਰੀਆਂ ਦਾਖਾਂ ਨੇ ਮੈਂ ਕਿਹਾ ਸੀ ਫੁੱਲ ਕੇ ਦਾਖਾਂ ਨਾ ਨਿਕਲ ਨਹੀਂ ਆ ਮੈਨੂੰ ਪਤਾ ਸੀ ਮੈਂ ਤਾਂ ਹੀ ਕੀਤੇ ਨੇ ਮੈਨੂੰ ਐਂ ਵਧੀਆ ਲੱਗਦੀਆਂ ਨੇ ਮੈਨੂੰ ਇੱਧਰ ਬਣ ਗਈ ਆਪਣੀ ਆੜੀਆਂ ਕੁੱਕੀਆਂ ਤੇ ਕੁੱਕੀਆਂ ਜੀ ਰੈਡੀ ਹੋ ਗਈਆਂ ਹਲੇ ਥੋੜੀਆਂ ਜਿਹੀਆਂ ਗਰਮ ਨੇ ਮੇਰੇ ਆੜੀਆਂ ਮੇਰਾ ਮਨ ਇਹ ਬਦਲਦਾ ਜਾ ਰਿਹਾ ਇਹਨਾਂ ਨੂੰ ਦੇਖ ਕੇ ਤੇ ਹੁਣ ਆਪਾਂ ਕੀ ਕੀ ਕਰਨਾ ਵਾ ਆਪਾਂ ਮੈਂ ਇੱਕ ਕੁੱਕੀ ਮਹਿਕ ਦਿਖਾਉਂਗਾ ਮਹਿਕ ਕੁੱਕੀ ਮੇਰੀ ਖਾਊਗੀ ਤੁਸੀਂ ਭਾਵੇਂ ਮੇਰੀਆਂ ਮਹਿਕ ਲਈ ਆ ਵੱਡੀ ਸਿਲੈਕਟ ਕੀਤੀ ਆ ਵੱਡੀ ਖਾਊਗੀ ਟਿੱਡ ਭਰ ਜੂ ਤੁਸੀਂ ਭਾਵੇਂ ਮੇਰੀਆਂ ਸਾਰੀਆਂ ਕੁੱਕੀਆਂ ਖਾ ਲਿਓ ਪਰ ਪਲੀਜ਼ ਇਹ ਜਲਮ ਮੇਰੇ ਤੋਂ ਨਾ ਕਰ ਵਧੀਆ ਨੇ ਨਹੀਂ ਮੈਨੂੰ ਪੀਨਟ ਹੀ ਨਹੀਂ ਪਸੰਦ ਹੈਗਾ ਯਾ ਇੱਕ ਨੰਬਰ ਸੀ ਜਿਆ ਕੁੱਕੀ ਖਾਊਗਾ ਜਦੋਂ ਮੈਂ ਇਹ ਨਹੀਂ ਹੋਣੀ ਤੁਹਾਨੂੰ ਖੁਸ਼ਬੂ ਇਹ ਤੁਸੀਂ ਜੀ ਮੇਰੇ ਵਾਲੀਆਂ ਖਾ ਲਓ ਮੈਂ ਤੁਹਾਨੂੰ ਕੁਛ ਨਹੀਂ ਕਹਿੰਦੀ चलो कोई गल नहीं थले रखना पे नीचे तो हीट ज्यादा स्वाद ही नहीं कुल मिला के मतलब के मैं ਚਾਹ ਨਾਲ ਖਾ ਲੂੰਗਾ ਇਹਨਾਂ ਨੂੰ ਜੇ ਮੈਨੂੰ ਕੋਈ ਦਊਗਾ ਮੈਨੂੰ ਵਧੀਆ ਲੱਗਿਆ ਮੈਂ ਹੋਰ ਖਾਊਂਗਾ ਥੋੜੀ ਜੀ ਮੈਂ ਥੋੜੀ ਠੰਡੀ ਹੋਏ ਤੇ ਖਾਊਂਗਾ ਹਜੇ ਤਾਂ ਗਰਮ ਆ ਜੀ ਪੂਰੀ ਹਜੇ ਤਾਂ ਟੁੱਟ ਰਹੀ ਹੈ ਕਿ ਜਦੋਂ ਠੰਡੀ ਹੋਊਗੀ ਫਿਰ ਕੈੜੀ ਹੋਊਗੀ ਆਪਣੀਆਂ ਫੇਵਰੇਟ ਖਾ ਕੇ ਦੇਖ ਲਈਆਂ ਸਿੰਘ ਸਾਹਿਬ ਨੂੰ ਵੀ ਖਵਾ ਦਿਓ ਮੈਂ ਉਹ ਬਹੁਤ ਸਵਾਦ ਬਣੀਆਂ ਹੋਈਆਂ ਨੇ ਹਾਂਜੀ ਕਿਤੇ ਐ ਨਾ ਕਹਿ ਦਿਓ ਵੀ ਤੁਹਾਡੇ ਵਾਲੀਆਂ ਵੱਧ ਸਵਾਦ ਨੇ ਦੇਖਦੇ ਆਵੇਂ ਹੁਣੇ ਤਾਂ ਤੁਸੀਂ ਖਾਧੀ ਤਾਂ ਸੀਗੀ ਪਤਾ ਲੱਗੂਗਾ ਪਹਿਲਾਂ ਕਿੰਨੇ ਸਖਤ ਪੁੱਲੀਆਂ ਸੀ ਹੁਣ ਸਖਤ ਹੋ ਗਈਆਂ ਪਈਆਂ ਪਈਆਂ ਹਾਂਜੀ ਦੱਸੋ ਜੀ ਉਹ ਤਾਂ ਬਹੁਤ ਜ਼ਿਆਦਾ ਸਵਾਦ ਨੇ ਪਰ ਇਹ ਥੋੜਾ ਜਿਹਾ ਪੀਨਰ ਬਟਰ ਪਾਇਆ ਹੁੰਦਾ ਨਾ ਫਿਰ ਹੋਰ ਸਵਾਦ ਹੋ ਜਾਣੀ ਸੀ ਸ਼ੁਕਰ ਹੈ ਮੈਂ ਪੀਨਟ ਬਟਰ ਇੱਧਰ ਨਹੀਂ ਪਾ ਲਿਆ ਪਰ ਉਹ ਜੇ ਸਵਾਦਾਂ ਤੋਂ ਆਪਾਂ ਕੀ ਲੈਣਾ ਜਿਹੜਾ ਆਪਣੀ ਸਿਹਤ ਲਈ ਇਹ ਨਹੀਂ ਠੀਕ ਹੈਗਾ ਨੇਰੇ ਮੈਦੇ ਦੀਆਂ ਬਣੀਆਂ ਹੋਈਆਂ ਕਿੰਨੀ ਚੀਨੀ ਪਈ ਹੈ ਕਿੰਨਾ ਕੁਝ ਪਿਆ ਉੱਧਰ ਇੱਕ ਪੀਨਟ ਦੀਆਂ ਨੀਆਂ ਸਵਾਦ ਇਹਨਾਂ ਹੈਲਦੀ ਪੀਨਟ ਵੈਸੇ ਮੈਂ ਥੋੜੀ ਓਟਸ ਪਾਏ ਹੋਏ ਨੇ ਵੈਸੇ ਮੈਂ ਆਟੇ ਦੀਆਂ ਬਣਾਉਣੀਆਂ ਸੀਗੀਆਂ ਤਾਂ ਫਿਰ ਮੈਂ ਕਿਹਾ ਵੀ ਅਸਲ ਜ਼ਿਆਦਾ ਰੈਸਪੀ ਇਹ ਕੁਕੀਜ਼ ਜਿਹੜੀਆਂ ਮੈਦੇ ਦੀਆਂ ਹੀ ਬਣਦੀਆਂ ਹੁੰਦੀਆਂ ਨੇ ਮੈਂ ਕਿਹਾ ਫਿਰ ਵੀਡੀਓ ਦੇ ਵਿੱਚ ਸਾਰਿਆਂ ਨੇ ਕਹਿਣਾ ਵੀ ਇਹ ਮੈਦੇ ਵਾਲੀ ਚੀਜ਼ ਨੂੰ ਤੁਸੀਂ ਆਪਣਾ ਹੀ ਰੂਪ ਦੇਤਾ ਸਾਡੇ ਤਾਂ ਬਣੇ ਜ਼ਿਆਦਾ ਕਰਾਂਚ ਹਾਂਜੀ ਬਹੁਤ ਜ਼ਿਆਦਾ ਸਵਾਦ ਤੇ ਜੇ ਆਪਾਂ ਆਟੇ ਦੀਆਂ ਵੀ ਬਣਾਉਣੇ ਆ ਫਿਰ ਵੀ ਇਹ ਸਵਾਦ ਬਣਦੀਆਂ ਨੇ ਪਰ ਫਿਰ ਉਹ ਪੀਪੇ ਸਿੰਘ ਸਾਹਿਬ ਕਹਿੰਦੇ ਸੀ ਵੀ ਪੀਪੇ ਵਾਲੇ ਬਿਸਕੁਟ ਦੀ ਸੇਮ ਰੈਸਪੀ ਹੋ ਜਾਣੀ ਆ ਸਿਰਫ ਉਹਦੇ ਵਿੱਚ ਆਹ ਐਡ ਹੋਊਗੀ ਵੀ ਟੁੱਟੀ ਫਰੂਟੀ ਤੇ ਮਤਲਬ ਵੀ ਜੇ ਉਹਦੇ ਵੀ ਬਣਾਉਣੇ ਆ ਕਣਕ ਦੇ ਆਟੇ ਦੀਆਂ ਫਿਰ ਵੀ ਸਵਾਦ ਬਣਦੀਆਂ ਨੇ ਬਹੁਤ ਇਹ ਮੈਂ ਆਪਣੇ ਇੱਕ ਪਿੰਡੀਆ ਵੀ ਲੈਣੇ ਉਹਨੇ ਬੇਕਰੀ ਵਾਲੇ ਬਿਸਕੁਟ ਹਾਂਜੀ ਉਹ ਵਾਲਾ ਟੇਸਟ ਆਉਂਦਾ ਉਹ ਬਹੁਤ ਵਧੀਆ ਨੇ ਹੁਣ ਮੈਂ ਆਪਣੀ ਬੇਕਰੀ ਸਟਾਰਟ ਕਰ ਦਿੰਦੀ ਹਾਂ ਮੈਂ ਕਿੰਨੀਆਂ ਚੀਜ਼ਾਂ ਸਿੱਖ ਲਈਆਂ ਅੱਜ ਆਪਾਂ ਨੇ ਆਟੇ ਦਾ ਬ੍ਰੈਡ ਬਣਾਉਣਾ ਮਤਲਬ ਹੋਲ ਵੀਟ ਦਾ ਬ੍ਰੈਡ ਬਣਾਉਣਾ ਅੱਜ ਮੈਂ ਤੇ ਅੱਗੇ ਮੈਂ ਥੋੜਾ ਜਿਹਾ ਮੈਦਾ ਮਿਕਸ ਕਰਦੀ ਹੁੰਦੀ ਆ ਪਹਿਲਾਂ ਅੱਜ ਮੈਂ ਬਣਾ ਕੇ ਦੇਖੂੰਗੀ ਜੋ ਵਧੀਆ ਹੋਇਆ ਤਾਂ ਫਿਰ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਆਟੇ ਦੇ ਬ੍ਰੈਡ ਦੀ ਵੀ ਇੰਨੀ ਕੁ ਅੱਜ ਦੀ ਰੈਸਪੀ ਸੀਗੀ ਆਪਾਂ ਨੇ ਕੁਕੀਜ਼ ਬਣਾਈਆਂ ਸੀਗੀਆਂ ਜੇ ਕਿਸੇ ਨੇ ਹੈਲਦੀ ਆਪਸ਼ਨ ਟਰਾਈ ਕਰਨੀ ਹੈ ਤਾਂ ਤੁਸੀਂ ਪੀਨਟ ਵਾਲੀਆਂ ਕਰ ਲਿਓ ਉਹ ਵੀ ਵਧੀਆ ਨੇ ਮੈਂ ਪੀਨਟ ਖਾਂਦੀ ਨਹੀਂ ਹੈਗੀ ਉਹ ਮੈਂ ਜਿਵੇਂ ਸਿੰਘ ਸਾਹਿਬ ਨੂੰ ਹੱਸਦੀ ਹੁੰਦੀ ਹਾਂ ਵੀ ਮੈਂ ਸ਼ੁਰੂ ਤੋਂ ਹੀ ਨਹੀਂ ਖਾਧਾ ਹੈਗਾ ਇਸ ਕਰਕੇ ਮੇਰਾ ਟੇਸਟ ਨਹੀਂ ਡਿਵੈਲਪ ਹੋਇਆ ਹੈਗਾ
ਤੇ ਜਦੋਂ ਮੈਂ ਫਸਟ ਟਾਈਮ ਖਾਦਾ ਸੀਗਾ ਉਹ ਇੰਨਾ ਬੇਕਾਰ ਜਿਹਾ ਫਲੇਵਰ ਦਾ ਮੈਂ ਟਰਾਈ ਕੀਤਾ ਹੋਇਆ ਉਦੋਂ ਬਾਅਦ ਚ ਮੇਰਾ ਦਿਲ ਨਹੀਂ ਜਿਆਦਾ ਪਿਓਰ ਸੀ ਜਿਵੇਂ ਇਹਦੇ ਵਿੱਚ ਤਾਂ ਨੂਨ ਤੇ ਮਿੱਠਾ ਐਡ ਕੀਤਾ ਹੁੰਦਾ ਉਹ ਮੇਰਾ ਹੀ ਪਿਓਰ ਹੀ ਪੀਨਟ ਬਟਰ ਸੀਗਾ ਜਿਹੜਾ ਇਹਨਾਂ ਨੇ ਮੈਨੂੰ ਪਹਿਲੀ ਵਾਰ ਟਰਾਈ ਕੀਤਾ ਕਰਾਇਆ ਸੀਗਾ ਉਹ ਵਧੀਆ ਨਹੀਂ ਸੀ ਇਹਦੇ ਕਰਕੇ ਹੁਣ ਫਿਰ ਮੈਂ ਖਾਂਦੀ ਨਹੀਂ ਹੈਗੀ ਤੇ ਜੇ ਕਿਸੇ ਨੇ ਜਿਹਨੂੰ ਉਹ ਪਸੰਦ ਨੇ ਟੂਟੀ ਫਰੂਟੀ ਵਾਲੀ ਵੈਸੇ ਚੀਜ਼ ਸਾਰਿਆਂ ਨੂੰ ਲਗਭਗ ਪਸੰਦ ਹੁੰਦੀ ਆ ਤਾਂ ਤੁਸੀਂ ਟੂਟੀ ਫਰੂਟੀ ਵਾਲੀਆਂ ਕੁਕੀਜ਼ ਬਣਾ ਕੇ ਦੇਖਿਓ ਪੀਨਟ ਵਾਲੀ ਟੂਟੀ ਫਰੂਟੀ ਪਾ ਸਕਦੇ ਹੋ ਤੇ ਤੁਸੀਂ ਉਹ ਬਣਾ ਕੇ ਟਰਾਈ ਕਰਿਓ ਤੇ ਹੋਪਸ ਉਹ ਤੁਹਾਨੂੰ ਵਧੀਆ ਹੀ ਲੱਗਣਗੀਆਂ ਤਾਂ ਇੰਨੀ ਕੁ ਅੱਜ ਦੀ ਵੀਡੀਓ ਸੀਗੀ ਤੇ ਆਪਾਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥੋੜਾ ਜਿਹਾ ਇਮੋਸ਼ਨਲ ਕਰਨ ਤੋਂ ਬਾਅਦ ਮੈਂ ਇੱਕ ਉਹ ਵਾਲੀ ਕੁੱਕੀ ਖਾਣ ਲੱਗੀ ਆ ਪੀਨਟ ਵਾਲੀ ਨਾਟ ਬੈਡ ਸਵਾਦ ਆ ਸਵਾਦ ਆ ਮੈਂ ਬਣਾਈ ਆ ਸਵਾਦ ਕਿਵੇਂ ਨਹੀਂ ਕਹਿੰਦੀ ਜਿਹੜੀ ਇਹਦੀ ਸਮੈਲ ਆ ਨਾ ਉਹੀ ਅਜੀਬ ਲੱਗਦੀ ਆ ਖਾਣ ਨੂੰ ਤਾਂ ਜਿਵੇਂ ਮੂੰਗਫਲੀ ਦਾ ਟੇਸਟ ਹੁੰਦਾ ਉਹੀ ਆ ਗਿਆ ਨਾਲੇ ਹੈਲਦੀ ਆ ਕਿੰਨੀ ਹੈਲਦੀ ਆ ਤਕੜੀ ਹੋ ਗਈ ਤੇ ਉਹ ਤਾਂ ਲੰਬੀ ਹੋ ਗਈ ਸਵਾਦ ਹੈਗੀ ਇਹ ਵੀ ਬਣਾ ਕੇ ਖਾ ਸਕਦੇ ਹੋ ਵਧੀਆ ਹੈਗੀ